चाचा लगना भाजी कहना कहना भाजी मैनू मार दे लगे मैनू बचा ला कहना इन्हें मगरों फैर किया इतने अं आ गए दो फैर अगले बने आए हैं कहते भी डेपे आ ते मैं भज गया वैसे कोई मुंडा कहना मैंने तो उन्हें बजाई सट मारी आ बाद बाहों फर फर के कहते दोवें बाह फर के छाती ने गोलियां मारियां प्यो उन्हों का कह नहीं गा एक का विह इन तीन महीने हो एक का एक बच्चा छे महीने का सत्त का तो भैन भी शदैन है मैंटल है सक दी घर जाके वेख लो माता भी मैंटल आ वड्डी खबर गुरदासपुर के पिंड कोट संतोख राहे तो सामने आ रही है जिथे कि एक रिटायर फौजी ने इको घर के दो चिराग बुझा दिते। दरअसल दो सके भरा दिलप्रीत ते गगनदीप के पिता ने कुछ साल पहला पिंड आलोवाल के नज़दीक जमीन खरीदी सी ते उस तो बाद उसके पिता की मौत हो गई ते फिर दोनों भाइयों ने मिलकर जमीन का काम संभालिया। इन्हां दी जमीन नाल ही जसविंदर सिंह रिटायर फौजी की जमीन भी लगती सी जिदे कारण दोनों धिरां च पगडंडी नूं लैके अक्सर झगड़ा हुंदा रहिंदा सी पर फौजी ने जमीन दे विच दोनों भाइयों नूं छे साथियां नाल मिल के घेर के उन्हां नूं गोलियां नाल भुंड के रख दिता है जिन्हां दी की मौत हो गई। सर इन्होंने अज तो 30 साल पहला पैली लई इन्हां दे शरीके चो इन्हां दिलप्रीत होना प्यों ने जो ये बच्चे उन्होंने पता नहीं होया जन्म होया कि नहीं होया हुण कोई 3 साल पहला फिर इन्हां लई ਹੁਣ ਉਹ ਵੱਟ ਜਿਹੜੀ ਇਹਨਾਂ ਦੀ ਵੱਟ ਵੰਦੇ ਇਹ ਡੱਕਦੇ ਸੀ ਵੀ ਵੱਟ ਨਾ ਵਾਓ ਕੌਣ ਡੱਕਦਾ ਇਹ ਦਿਲਪ੍ਰੀਤ ਹੋਣੀ ਇਹਦੇ ਨਾਲ ਚਾਚਾ ਅਮਰੀਕ ਸਿੰਘ ਤੇ ਇਹਨਾਂ ਨੇ ਅੱਜ ਤੋਂ 3 ਦਿਨ ਪਹਿਲਾਂ ਰਾਤ ਨੂੰ ਇਹਨਾਂ ਨੇ 11 ਵਜੇ ਇਹਨਾਂ ਨੇ ਫੋਨ ਕਰਕੇ ਇਹਨਾਂ ਦੇ ਘਰ ਫੋਨ ਕੀਤਾ 3 ਵਾਰਾਂ ਵੀ ਤੁਹਾਨੂੰ ਅਸੀਂ ਵੀ ਜਾਣ ਪੈਲੀ ਦਾ 18 ਲੱਖ ਦੇ ਹਿਸਾਬ ਨਾਲ ਪੈਸੇ ਲੈ ਲਓ ਤੇ ਨਹੀਂ ਤਾਂ ਤੁਹਾਡੀਆਂ ਪੈਲੀਆਂ ਵਿੱਚ ਵਾਲਾਂ ਲੱਗੇ ਆ ਕਿਹਨਾਂ ਨੇ ਕਿਹਾ ਇਹਨਾਂ ਨੇ ਆ ਫੌਜੀ ਆਏ ਕਾ ਇਹਨਾਂ ਦਾ ਭਤੀਜਾ ਜਸਵਿੰਦਰ ਸਿੰਘ 6-7 ਦੋ ਫੌਜੀ ਉਹ ਘਰ ਆ ਉਹ ਵੀ ਨਵੇਂ ਪੈਨਸ਼ਨ ਆਏ ਆ ਅੱਜ ਕੀ ਸਾਰੀ ਘਟਨਾ ਜੀ ਉਹ ਜੋ ਘਟਨਾ ਉਦੋਂ ਤਾਂ ਤੁਹਾਨੂੰ ਦੱਸਨੇ ਸਾਰੀ ਜੀ ਘਟਨਾ ਉਦੋਂ ਜਿਹੜੀ ਗੱਲ ਹੈ ਉਦੋਂ ਉਹਨਾਂ ਦਾ ਆਦਨਾ ਇਹ ਆਏ ਆ ਕਿਤੇ ਇੱਥੇ ਵੇਖਣ ਵੀ ਸੱਚੀ ਮੁੱਚੀ ਪੈਲੀਆਂ ਨੇ ਵਾਲੀਆਂ ਨਿੱਤ ਦੇ ਸ਼ਰਾਬੀ ਉਹਨਾਂ ਦਾ ਕਦੇ ਮੈਡੀਕਲ ਕਰਾਓ ਰਾਤ ਸਵੇਰੇ ਚਾਲੂ ਕਰ ਦਿੰਦੇ ਆ 3-4 ਹਥਿਆਰ ਇਹਨਾਂ ਕੋਲ ਉਹ ਰਾਤ ਆਇਆ ਤਾਂ ਰਾਤ ਰਾਫਾ ਲਿਆ ਕੇ ਮਗਰ ਚੜ ਗਏ ਆ ਇਹਨਾਂ ਦਾ ਮੈਨੂੰ 12:15 ਫੋਨ ਦਿਲਪ੍ਰੀਤ ਦਾ ਗਿਆ ਵੀ ਮੈਨੂੰ ਉਹਦਾ ਚਾਚਾ ਲੱਗਣਾ ਭਾਜੀ ਕਹਿੰਦਾ ਕਹਿੰਦਾ ਭਾਜੀ ਮੈਨੂੰ ਮਾਰ ਦੇਣ ਲੱਗਿਆ ਮੈਨੂੰ ਬਚਾ ਲਾ ਜੋ ਮੈਂ ਗਿਆ ਤੁਹਾਡੇ ਪਿੰਡ ਦਾ ਗੱਡੀਆਂ ਬਸ ਉਦੋਂ ਇਹਨਾਂ ਦੇ ਭਰਾ 3 ਬੰਦੇ ਇਹਨਾਂ ਦਾ ਇੱਕ ਥਾਣੇਦਾਰ ਭਰਾ ਸੀ ਨੀਡਾ ਉਹਨੂੰ ਬੋਲਦੇ ਆ ਉਹ ਵੀ ਵਿੱਚ ਹੀ ਉਹਦਾ ਤਾਂ ਚਲੋ ਪੁਲਿਸ ਆਈ ਇਹ ਲਾਂਬੇ ਹੋ ਗਏ ਆ ਕੱਲ੍ਹ ਕਦੇ 4 ਵਜੇ ਦਾ ਟਾਈਮ ਸੀ ਤੇ ਕੱਲ੍ਹ ਕੁਝ ਕਾਰਨ ਕਰਕੇ ਨਹੀਂ ਗਏ ਪਿੰਡ ਪਾਰਟੀਆਂ ਆ ਗਈਆਂ ਵੀ ਇੱਥੇ ਬਹਿ ਕੇ ਰਾਜਨਾਮਾ ਕਰਾਉਂਦੇ ਆ ਤੇ ਅੱਜ ਫਿਰ 10 ਵਜੇ ਦਾ ਟਾਈਮ ਰੱਖਿਆ ਸੀ ਤੇ ਸਵੇਰੇ 8 ਵਜੇ ਪੁਲਿਸ ਦੀ ਗੱਡੀ ਆਈ ਆ ਉਹਨਾਂ ਕਿਹਾ ਵੀ ਤੁਸੀਂ ਸਵੇਰੇ ਫਿਰ ਕਰਾਂਗੇ ਪਰਸੋਂ ਰਾਤ ਵੀ ਪੈਲੀ 'ਚ ਫੇਰਾ ਮਾਰਨਾ 7 ਵਜੇ ਰਾਤ ਨੂੰ ਲਾਈਟਾਂ ਦੀ ਆ ਮੋਟਰਾਂ ਦੀ ਹੁਣ ਉਹ ਇਹ ਰਫਲਾਂ ਲੈ ਕੇ ਚੜੇ ਆ ਰਫਲਾਂ ਲੈ ਕੇ ਬੈਠੇ ਆ ਉਹ ਜਿਹੜੇ ਡੰਡਾ ਲੈ ਕੇ ਵੀ ਨਹੀਂ ਆ ਸਕਦੇ ਵੀ ਇੱਥੇ ਵੀ ਉਡਾਨ ਫੇਰਾ ਮਾਰਨਾ ਕੋਈ ਕਾਰਨ ਸਾਡਾ ਭਾਣਾ ਨਾ ਵਰਤ ਜੇ ਅੱਜ ਫਿਰ ਸਵੇਰੇ ਪੁਲਿਸ ਗਈ ਆ ਵੀ ਤੁਸੀਂ ਵੀ ਰਾਤ ਸਵੇਰੇ ਗਾਲਾਂ ਕੱਢੀਆਂ ਆ ਉਹ ਵਿਚਾਰੇ ਸੁੱਤੇ ਪਏ ਆ ਸੁੱਤੇ ਨੂੰ ਉਠਾ ਕੇ ਕਹਿੰਦੇ ਅਸੀਂ ਤਾਂ ਗਏ ਨਹੀਂ ਚਲੋ ਉਹਨਾਂ ਨੂੰ ਇੱਕ ਅਮਰੀਕ ਸਿੰਘ ਨੂੰ ਲੈ ਗਿਆ ਤਾਂ ਬਾਕੀ ਮੈਨੂੰ ਕਹਿੰਦੇ ਵੀ ਚੱਲ ਆ ਉੱਥੇ ਰੈਸਟ ਚਲੋ ਗੱਲ ਕਰਕੇ ਟਾਈਮ ਲੈ ਲਾ ਮੈਂ ਧਾਰੀਵਾਲ ਗਿਆ ਤਾਂ ਉਹ ਫਿਰ ਕਿਤੇ ਫਿਰ ਇਹਦਾ ਫੇਰਾ ਮਾਰਨ ਆਏ ਆ ਤਿੰਨੇ ਭਰਾ ਅਮਰੀਕ ਸਿੰਘ ਦਾ ਲੜਕਾ ਦਿਓ ਇਹ ਇਹਨਾਂ ਦੇ ਕਿਤੇ ਨਾਲ ਹੁਣ ਲੜਕਾ ਤੀਜਾ ਹੀ ਦੱਸਣਾ ਉਹਨੂੰ ਹੁਣੇ ਹੀ ਮੈਂ ਮਿਲਿਆ ਆ ਉਹਨੂੰ ਪੁੱਛਿਆ ਮੈਨੂੰ ਕਹਿੰਦਾ ਵੀ ਇਹ ਰਫਲ ਲੈ ਕੇ ਇੱਕ ਇੱਧਰ ਹੀ ਇਹਨਾਂ ਦੇ ਦੋ ਜਵਾਈ ਇੱਕ ਮੁੰਡਾ ਉਹਨਾਂ ਦੂਜੇ ਘਰ ਲੈ ਕੇ ਇਹਨਾਂ 5 ਜਣੇ ਇੱਧਰ ਹੀ 2 ਜਨਾਨੀਆਂ ਸੀ ਇੱਕ ਦੋ ਅਤੇ 2 ਆਦਮੀ ਅਗਲੇ ਬੰਨੇ ਸੀ ਕਹਿੰਦਾ ਇਹਨਾਂ ਮਗਰੋਂ ਫੈਰ ਕੀਤਾ ਇੱਥੇ ਅਸੀਂ ਆ ਗਏ ਹਾਂ ਅਤੇ 2 ਫਿਰ ਅਗਲੇ ਬੰਨੇ ਆਏ ਆ ਕਹਿੰਦਾ ਵੀ ਇਹ ਡਿੱਪ ਆ ਅਤੇ ਮੈਂ ਭੱਜ ਗਿਆ ਵੈਸੇ ਕੋਈ ਮੁੰਡਾ ਕਹਿੰਦਾ ਮੈਨੂੰ ਤਾਂ ਉਹਨੇ ਬਜਾਈ ਦੇ ਵੀ ਸੱਟ ਮਾਰੀ ਆ ਅਤੇ ਬਾਅਦ 'ਚ ਬਾਹਾਂ ਤੋਂ ਫਰ ਫਰ ਕੇ ਕਹਿੰਦੇ ਦੋਵਾਂ ਬਾਹਾਂ ਫਰ ਕੇ ਛਾਤੀ ਨੇ ਗੋਲੀਆਂ ਮਾਰੀਆਂ ਹੁਣ ਇਹ ਨਹੀਂ ਪਤਾ ਵੀ ਜੋ ਉਹ ਜਵਾਈ ਦੱਸਣ ਦਾ ਮੈਨੂੰ ਕਿਹੜਾ ਜਵਾਈ ਹੈ ਕੌਣ ਆ ਇਹ ਕੋਈ 7 ਬੰਦੇ ਆ ਤੇ 2 ਜਨਾਨੀਆਂ ਆ ਕੀ ਚਾਹੁੰਦੇ ਹੋ ਹਾਂਜੀ ਕੀ ਚਾਹੁੰਦੇ ਹੋ ਅਸੀਂ ਤਾਂ ਮੰਗ ਇਹ ਚਾਹੁੰਦੇ ਵੇਖੋ ਬੱਚੇ ਆ ਪਿਓ ਉਹਨਾਂ ਦਾ ਕਿਹਾ ਨਹੀਂਗਾ ਇੱਕ ਦਾ ਵਿਆਹ ਇਹਨੂੰ 3 ਮਹੀਨੇ ਹੋਏ ਆ ਤੇ ਇੱਕ ਦਾ ਇੱਕ ਬੱਚਾ 6 ਮਹੀਨੇ ਦਾ 7 ਦਾ ਤੇ ਭੈਣ ਵੀ ਸ਼ਦੈਨ ਹੈ ਮੈਂਟਲ ਹੈ ਸੱਕ ਦੀ ਘਰ ਜਾ ਕੇ ਵੇਖ ਲਓ ਮਾਤਾ ਵੀ ਮੈਂਟਲ ਆ ਹੈ ਉਹਨਾਂ ਦਾ ਘਰ ਬਰਬਾਦ ਹੋ ਗਿਆ ਇੱਥੇ ਇਨਸਾਫ਼ ਕੋਈ ਮਿਲ ਰਹੀ ਹੈ ਪੋਲੀਟੀਕਲ ਬੰਦੇ ਆ ਕੇ ਝੂਠੇ ਇਲਜ਼ਾਮ ਲਾਉਂਦੇ ਆ ਸਾਰਾ ਸਿਆਸੀ ਚੱਲਣ ਦਿਆ ਆ ਹੈ ਉਹ ਕੋਈ ਅੰਮ੍ਰਿਤਸਰ ਵਾਲੀ ਡਿਊਟੀ ਦੇ ਉਧਰ ਨਾਲ ਹੀ ਅੱਜ ਹੈ ਨਹੀਂ
मिलते ही मौके ते पुलिस टीम पहुंच गई ते उन्हां पीड़ित परिवार दे बयान लेके मामला दर्ज कर लिया ते आरोपियां दी भाल कीती जा रही है। अज आलोवाल पिंड दे बाहर एक डेरा हैगा उत्थे जमीन दे लैके झगड़ा होया ये उत्थे जिहड़ा हैगा दो धड़ियां च झगड़ा होने तों बाद उत्थे एक जसविंदर सिंह नां दे व्यक्ति ने गोली चलाती 12 बोर राइफल नाल ते उहदे च दो व्यक्तियां दी मौत हो गई। बाकी उत्थे मौके ते मैं खुद भी आया होया ते सारी पुलिस है जो भी ओह बयान वगैरह लाउणगे उहदे मुताबिक कानूनी कार्रवाई कीती जाऊगी। सर मौके ते जिहड़े लोक ने उहनां दा कहा जा रिहा कि बड़ी दरिंदगी नाल उहनां नूं मारिया गया। चलो ओह सारी चीज़ तां है ही आ, कतल दा होणा ही दरिंदगी हुंदी है, ओह माड़ी घटना होई पर ओह सारा अगे तफ्तीश जो भी आऊगा ओह कार्रवाई कीती जाऊगी। फौजी ने मुड़े मारे? हाँ ओहदा पता लग्गिया वी ओह एक्स सर्विसमैन है। जिन्ने बंदे लिखाउणगे बयान च ओह सारी छानबीन हो रही ओह तुहानूं दस्सांगे। दो सके भरा अजे परचा दर्ज करके फिर सारा ओह करदे आ अगली कारवाई SHO साहब दस्सणगे। जमीन का झगड़ा तुहानूं दस्सिया पहला वी इत्थे जमीनी विवाद सीगा ओहदे करके इहनां दा झगड़ा होया ते इहदे च गोली चल गई ते मौत होई। बाकी जो भी मुलजम होंगे सारे के खिलाफ कार्रवाई होगी। सो देखा जाए बेशक लॉकडाउन लगे हुआ पर फिर भी इस लॉकडाउन दे विच लुट खोहां ते कतल दियां वारदातां रुकन दी बजाय दिन ब दिन होर भी वधदी जा रही ने। देखा जाए तो लोगों का गुस्सा इस कदर वध गया कि वह किसी भी वड्डी घटना नूं अंजाम देने तो बिल्कुल भी गुरेज नहीं करते। सो हुण देखना होगा कि पुलिस इस मामले च की कार्रवाई करती है अते आरोपियों की भाल कदों तक करती है। गुरदासपुर तो जितेंद्र कुंडल की रिपोर्ट, चैनल पंजाब।